ਤੇ ਹੁਣ ਗੱਲ ਕਰਾਂਗੇ ਕਿਸਾਨ ਆਗੂਆਂ ਦੀ ਜਿੰਨਾ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਸਰਕਾਰਾਂ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਪੰਦੇਰ ਸਰਵਣ ਸਿੰਘ ਪੰਦੇਰ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਨਾਲ ਹੀ ਝੋਨੇ ਦੀ ਖਰੀਦ ਚ ਜਿਹੜੀ ਦੇਰੀ ਹੋ ਰਹੀ ਹੈ ਉਸ ਨੂੰ ਲੈ ਕੇ ਗੱਲਬਾਤ ਲਈ ਤੇ ਆਪਣੀ ਅਪੀਲ ਕੀਤੀ ਹੈ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕਤਰ ਬੋਲਦਾ ਹਾਂ ਦੀ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੀ 1 ਅਕਤੂਬਰ ਨੂੰ ਖਰੀਦ ਸ਼ੁਰੂ ਹੋਣੀ ਸੀਗੀ ਰਾ 11 ਅਕਤੂਬਰ ਤੱਕ ਉਹਨੂੰ ਅੱਗੇ ਪਾ ਦਿੱਤਾ ਵਗਿਆ ਸੀ ਤੇ ਮੰਗ ਕਰਦੇ ਹੁੰਦੇ ਸੀ ਵੀ ਜਦੋਂ ਝੋਨਾ ਆਵੇ ਉਦੋਂ ਜੜੀ ਆਓ ਖਰੀਦ ਹੋਣੀ ਚਾਹੀਦੀ ਸਤੰਬਰ ਮਹੀਨੇ 'ਚ ਹੀ ਤੋ ਅਕਤੂਬਰ ਪਹਿਲੋਂ ਹੀ ਲੇਟ ਸੀਗਾ ਸੋ ਜਾਣ ਬੁੱਝ ਕੇ ਪੰਜਾਬ ਤੇ ਹਰਿਆਣਾ ਨੂੰ ਕਿਉਂਕਿ ਪੰਜਾਬ ਹਰਿਆਣਾ ਕੇਂਦਰ ਦੇ ਜਿਹੜੇ ਖੇਤੀ ਵਿਰੋਧੀ ਕਾਨੂੰਨ ਆਕਾਲ ਇੱਕ ਨੋਧਾ ਖਿਲਾਫ ਸੰਘਰਸ਼ ਕਰ ਰਿਆ ਬਦਲੇ ਦੀ ਭਾਵਨਾ ਨਾਲ ਇਹ ਜਿਹੜਾ ਵਾ ਇਹ ਫੈਸਲਾ ਕੀਤਾ ਗਿਆ ਜਿਹਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਇਹਦੇ ਤੇ ਆਉਣ ਵਾਲੇ ਦਿਨਾਂ ਵਿੱਚ ਵਚਾਰ ਕਰਕੇ ਸੰਘਰਸ਼ ਦਾ اعلان ਵੀ ਸੰਭਵ ਹੈਗਾ ਮੋਦੀ ਸਰਕਾਰ ਨੇ ਇਹਨਾਂ ਦਿਨਾਂ ਚ ਜਦੋਂ ਮੋਦੀ ਸਰਕਾਰ ਨੇ 17% ਨਮੀ ਤੈਅ ਕੀਤੀ ਹੋਈ ਆ ਤਾਂ ਤੁਹਾਡੇ ਪੰਜਾਬ ਦੀਆਂ ਮੰਡੀਆਂ ਜਿਹੜੀਆਂ ਨੇ ਉਹ ਸਾਰੀਆਂ ਪੱਕੀਆਂ ਨੇ ਲਗਭਗ ਤੇ ਉੱਥੇ ਸੂਰਜੀ ਊਰਜਾ ਸੂਰਜੀ ਜਿਹੜੀ ਰੌਸ਼ਨੀ ਆ ਇਸ ਵੇਲੇ ਬਹੁਤ ਗਰਮੀ ਆ ਤਾਂ ਝੋਨਾ ਸੁੱਕਿਆ ਸਕਾਇਆ ਜਾ ਰਿਹਾ ਤਾਂ ਨਮੀ ਦਾ ਬਹਾਨਾ ਲਾ ਕੇ ਬਰਸਾਤ ਦਾ ਵੀ ਨਮੀ ਜ਼ਿਆਦਾ ਆਜੂਗੀ ਜਾਣ ਬੁਝ ਕੇ 11 ਦਿਨ ਅੱਗੇ ਖੜਿਆ ਗਿਆ ਵਾ ਅਰ ਇਹਦੇ ਨਾਲ ਹੁਣ ਪ੍ਰਾਈਵੇਟ ਵਪਾਰੀ ਘੱਟ ਕੀਮਤ ਤੇ ਪੰਜਾਬ ਦੇ ਕਿਸਾਨਾਂ ਦਾ ਝੋਨਾ ਲੁੱਟਣਗੇ ਗਾਹਾਂ ਉਹ ਸਰਕਾਰੀ ਖਰੀਦ ਚ ਪਾਇਆ ਜਾਊਗਾ 25 ਕੁਇੰਟਲ ਪ੍ਰਤੀ ਏਕੜ ਵਾਲੀ ਪਾਬੰਦੀ ਉਹ ਵੀ ਦੀ ਨਿੰਦਿਆ ਕਰਦੇ ਇੱਥੇ ਤਾਂ 35 35 38 30 ਕੁਇੰਟਲ ਵੀ ਝੋਨਾ ਕਿੱਲੇ ਦਾ ਹੋ ਰਿਹਾ ਇਹ ਸ਼ਰਤਾਂ ਅਸੀਂ ਨਹੀਂ ਲਾਗੂ ਹੁੰਦਿਆਂਗੇ ਇਹਨਾਂ ਖਿਲਾਫ ਵਿਰੋਧ ਕਰਾਂਗੇ ਔਰ ਜਿਹੜੇ ਅੱਜ ਚੰਨੀ ਜੀ ਦਿੱਲੀ ਗਏ ਨੇ ਆਪਣੀ ਪਾਰਟੀ ਦੇ ਨਿੱਜੀ ਮਸਲਿਆਂ ਦੀ ਚਾਹੀਦਾ ਹੈ ਚਾਹੀਦਾ ਤੇ ਚਾਹੀਦਾ ਵੀ ਸਾਡੇ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਨੂੰ ਮਿਲ ਕੇ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਜਿਹੜੀ ਝੋਨੇ ਦੀ ਖਰੀਦ ਤੇ ਪਾਬੰਦੀਆਂ ਮੜੀਆਂ ਜਾ ਰਹੀਆਂ ਲੇਟ ਕੀਤਾ ਜਾ ਰਿਹਾ ਉਹਦੇ ਤੇ ਗੱਲ ਕਰਕੇ ਇਹਨੂੰ ਚਲਾਉਣ ਪਰ ਉਹਨਾਂ ਨੂੰ ਆਪ ਦੇ ਨਿੱਜੀ ਕੰਮਾਂ ਤੋਂ ਹੀ ਜਿਹੜਾ ਮੁਸ਼ਕਲਾਂ ਤੋਂ ਛਡਕਾਰਾ ਪਾਇਆ ਜਾ ਰਿਹਾ ਔਰ ਦੂਸਰਾ ਜਿਹੜਾ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਕਿਸੇ ਨਾ ਕਿਸੇ ਗਹਾਨੇ ਬਹਾਨੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਵਾ ਅਸੀਂ ਰੋਡ ਜਾਮ ਬਿਲਕੁਲ ਨਹੀਂ ਕੀਤੇ ਹੋਏ ਹਰਿਆਣੇ ਤੇ ਦਿੱਲੀ ਪੁਲਿਸ ਨੇ ਸਾਨੂੰ ਦਿੱਲੀ ਦੇ ਬਾਟਰਾਂ ਤੇ ਭਾਲਿਆ ਸਾਡੀਆਂ ਹਜ਼ਾਰਾਂ ਮੁਸ਼ਕਲਾਂ ਨੇ ਕੇਂਦਰ ਸਰਕਾਰ ਸਾਡਾ ਮਸਲਾ ਹੱਲ ਕਰੇ ਅਸੀਂ ਅੱਜ ਸੜਕਾਂ ਤੋਂ ਆਉਣ ਨੂੰ ਤਿਆਰ ਆਂ ਸਰ ਕੇਂਦਰ ਸਰਕਾਰ ਦੇ ਕਿਸੇ ਵੀ ਬਹਾਨੇ ਤੇ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਾਂਗੇ ਔਰ ਖੇਤੀ ਕਾਨੂੰਨ ਰੱਦ ਕਰਨ ਤੱਕ ਸੰਘਰਸ਼ ਕਰਾਂਗੇ ਧੰਨਵਾਦ